अज पहुंचे हैं जी पिंड बिशनपुर छन्ना हलका समाणा पटियाले दे तकरीबन 7-8 किलोमीटर दूर पिंड एक छोटा जा पिंड बड़ा मॉडर्न पिंड है। सारा पिंड एक डब्बी वर्गा पिंड है। करीब 300 के करीब वोट है और इस पिंड के बहुते बछिंदे जिहड़े ने ओह जां तां शहर दे विच मूव कर गए ने। पिंड दियां कुछ गलियां दे विच तां घर जिहड़े सुन्ने ने उहनां ताले लगे हुए ने। पढ़िया लिखा पिंड बड़ा परिवारक तरीके नाल लोक रहिंदे ने और एक ही परिवार के लोग ने। इन्हां गलबात करांगे। खास गल इस पिंड दे विच वी इस पिंड दे विच चाहे 300 वोट है सारिया पार्टियां दे जिहड़े वर्कर ने सारिया पार्टियां दे जिहड़े नुमाइंदे ने इत्थे आउंदे ने और इस पिंड दे विचों हर पार्टी नूं सपोर्ट की जाती। सो पिंड दे नौजवान नाल सब तो पहलां गल करदे हां भी की रुझान है अज की चल रहा पिंड दा। वोट चाहे 300 दे करीब आ पर पिंड बड़ा मॉडर्न है पिंड च बड़ी तरक्की है ते गल करदे हां नौजवान। हाँ जी की रुझान चल रहा जी? पिंड च बहुत वधिया पिंड है जी। किहड़ा लगदा वी पार्टी आऊगी? पार्टी तां सर आम आदमी पार्टी लग रही है सर। आम आदमी पार्टी लग रही है। ਤੁਹਾਡੇ ਪਿੰਡ 'ਚ ਵੀ ਕਾਫੀ ਰਾਜਨੀਤੀ ਹੁੰਦੀ ਰਹਿੰਦੀ ਆ ਜਾਂ ਠੀਕ ਆ ਮਾਹੌਲ ਇੱਥੇ? ਨਹੀਂ ਆਪਣੇ ਪਿੰਡ 'ਚ ਸਰ ਸਭ ਦਾ ਇੱਕਾ ਹੀ, ਸਭ ਦਾ ਮਾਹੌਲ ਬਿਲਕੁਲ ਇੱਕਾ ਹੀ। ਕੋਈ ਉਹਦੇ ਵਾਲੀ ਗੱਲ ਨਹੀਂ ਹੈਗੀ ਵੀ ਪਾਰਟੀ ਬਾਜੀ ਜਾਂ ਕੁਛ ਹੋਰ ਹੀ, ਬਸ ਇੱਕੋ ਜੀ ਇੱਕੋ ਆ ਸਰ ਪਿੰਡ ਦਾ। ਕੇਸਰ ਜੀ ਨਾਲ ਗੱਲ ਕਰਦੇ ਹਾਂ। ਕੇਸਰ ਜੀ ਲੱਗਦਾ ਨਿਊ ਘਰ ਨਵਾਂ ਬਣਾ ਰਹੇ ਹੋ ਜੀ? ਅਤੇ ਪਿੰਡ 'ਚ ਗੱਲ ਕਰਦੇ ਹਾਂ ਪਿੰਡ ਬਿਸ਼ਨਪੁਰ ਛੰਨਾ ਕੀ ਲੱਗਦਾ ਜੀ ਕਿਹੜੀ ਪਾਰਟੀ ਆਊਗੀ? ਦੇਖੋ ਜੀ ਹੁਣ ਹੋਰ ਤਾਂ ਸਭ ਦਾ ਹੀ ਚੱਲ ਰਿਹਾ ਜੀ, ਉਹਦਾ ਹੁਣ ਤਿਲਕਣਬਾਜ਼ੀ ਹੈ ਜੀ। ਕੋਈ ਵਾਧੂ ਵੀ ਪੈ ਸਕਦੇ ਆ, ਜਿਹੜੇ ਚਾਰ ਜਿਹਨੂੰ ਵੱਧ ਪੈ ਗਿਆ ਉਹ ਜਿੱਤ ਗਿਆ। ਲੋਕਾਂ ਦੀ ਕੀ ਰਾਏ ਆ ਜੇ ਆਪਾਂ ਗੱਲ ਕਰਦੇ ਹਾਂ ਵੀ ਇਸ ਵਾਰ ਕੀ ਸੰਭਾਵਨਾ, ਮਨ ਕੀ ਕਹਿੰਦਾ ਵੀ ਕਿਹੜੀ ਆ ਸਕਦੀ? ਮਨ ਤਾਂ ਇਹ ਕਹਿ ਰਿਹਾ ਜੀ ਹੁਣ ਵੀ ਵਿੱਚੇ ਝਾੜੂ ਵਾਲੇ ਨੂੰ ਕਹੀ ਜਾਂਦੇ ਨੇ, ਕੀ ਕਹਿੰਦੇ ਨੇ ਜਿਹਨੂੰ ਆਮ ਆਦਮੀ, ਵਿੱਚੇ ਕਾਂਗਰਸ ਨੂੰ ਕਹੀ ਜਾਂਦੇ, ਵਿੱਚੇ ਅਕਾਲੀਆਂ ਨੂੰ ਕਹੀ ਜਾਂਦੇ ਨੇ। ਇਹ ਤਾਂ ਹੁਣ ਸੋ ਰਲਵਾਂ ਮਿਲਿਆ ਜਾਂ ਕੰਮ ਹੋ ਗਿਆ ਵੀ ਵੈਸੇ ਬੜੇ ਭੋਲੇ ਲੋਕ ਨੇ ਕਿਉਂਕਿ ਜਦੋਂ ਗੱਲ ਕਰਦੇ ਹਾਂ ਵੀ ਕਿਹੜੀ ਪਾਰਟੀ ਆਊਗੀ ਤਾਂ ਸਪਸ਼ਟ ਨਹੀਂ ਦੱਸ ਸਕਦੇ ਵੀ ਕਿਹੜੀ ਪਾਰਟੀ ਆਊਗੀ, ਪਰ ਅੱਗੇ ਵੀ ਪੁੱਛਦੇ ਹਾਂ ਵੀਰ ਜੀ ਉਹਨਾਂ ਨੂੰ। ਹਾਂਜੀ ਕੀ ਹਾਲ ਹੈ ਜੀ? ਠੀਕ ਹੈ ਜੀ। ਹੈਲੋ, ਕਿਹੜੀ ਪਾਰਟੀ ਆਊ? ਮੈਂ ਤਾਂ ਜੀ ਕਾਂਗਰਸ ਦੀ ਪਾਰਟੀ ਦਾ ਜ਼ੋਰ ਲੱਗਦਾ ਜੀ। ਚੰਨੀ ਸਾਹਿਬ ਵਾਲੀ ਪਾਰਟੀ? ਹਾਂ ਜੀ, ਕਾਂਗਰਸ ਪਾਰਟੀ ਦਾ ਜ਼ੋਰ ਹੈ ਜੀ, ਦੱਸ ਰਹੇ ਨੇ। ਅੱਛਾ, ਦਬਲਾਣ ਪਿੰਡ ਹੈ ਨਾਲ ਹੀ ਲੱਗਦਾ ਪਿੰਡ ਆ, ਦਬਲਾਣ ਬੜਾ ਵੱਡਾ ਪਿੰਡ ਹੈ। ਸੋ ਦੱਸਿਆ ਵੀ ਕਾਂਗਰਸ ਪਾਰਟੀ ਦਾ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਰੁਝਾਨ ਲੱਗਦਾ ਹੈ। ਮਾਹੌਲ ਤਾਂ ਠੀਕ ਆ ਜੀ, ਵਧੀਆ। ਕਿਹੜੀ ਪਾਰਟੀ ਲੱਗਦੀ ਹੈ ਐਤਕੀ? ਕਾਂਗਰਸ ਪਾਰਟੀ ਲੱਗ ਗਈ। ਕਾਂਗਰਸ ਪਾਰਟੀ ਲੱਗਦੀ ਜੀ? ਪਿੰਡ 'ਚ ਵੈਸੇ ਪਹਿਲਾਂ ਕਿਹੜੀ ਪਾਰਟੀ ਜੇਤੂ ਰਹਿੰਦੀ ਹੈ? ਪਹਿਲਾਂ ਅਕਾਲੀ ਦਲ। ਅਕਾਲੀ ਦਲ ਤੇ ਕਿਵੇਂ ਫਿਰ ਮਾਹੌਲ ਚੇਂਜ ਹੋਇਆ ਜੀ ਕਾਂਗਰਸ ਵਾਲੇ ਇਸ ਵਾਰ? ਐਤਕੀ ਤਾਂ ਪਤਾ ਨਹੀਂ ਜੀ, ਮਾਹੌਲ ਤਾਂ ਬਹੁਤ ਉਹ ਆ ਜੀ। ਨਹੀਂ, ਕਾਂਗਰਸ ਵੱਲ ਕਿਹੜੀ ਚੀਜ਼ ਹੈ ਜਿਹਨੇ ਲੱਗਿਆ ਵੀ ਕਾਂਗਰਸ ਨੂੰ ਵੋਟ ਜ਼ਿਆਦਾ ਪਊਗੀ ਜੀ? ਕਾਂਗਰਸ ਨੂੰ ਵੋਟ ਆਇਆ ਸਾਹਿਬ ਵੀ ਕਾਂਗਰਸ ਨੇ ਪਹਿਲਾਂ ਵੀ ਉਹ ਕਰਿਆ ਨਾ, ਐਤਕੀ ਫਿਰ ਤਾਂ ਹੀ ਵਾਰੀ ਹੈ ਦੁਬਾਰੇ। ਨਹੀਂ, ਕੋਈ ਗੱਲ ਐਸੀ ਚੰਗੀ ਲੱਗੀ ਆ ਵੀ ਸਰਕਾਰ ਨੇ ਵਧੀਆ ਕੰਮ ਕੀਤਾ ਹੋਵੇ ਜਿਹੜੇ ਲੋਕ ਵੋਟਾਂ ਪਾਉਣ? ਵੋਟਾਂ ਦਾ ਆਇਆ ਜੀ, ਜਿਹੜੇ ਕਾਂਗਰਸ ਨੇ ਪਾਉਂਦੇ ਨੇ, ਜਿਹੜੇ ਕਹਾ ਆਟਾ ਦਾਲ ਪਾਉਂਦੇ ਨੇ, ਇਹਨਾਂ ਕਰਕੇ ਜ਼ਿਆਦਾ ਉਹ। ਕੋਈ ਬਿਜਲੀ ਦੇ ਜਿਹੜੇ ਬਿੱਲ? ਹਾਂ, ਬਿਜਲੀ ਦੇ ਬਿੱਲ ਵੀ ਮਾਫ਼ ਹੋਏ ਹੋਏ ਨੇ ਨਾ, ਤਾਂ ਕਰਕੇ ਜ਼ਿਆਦਾ ਜ਼ੋਰ ਰਹਿੰਦਾ ਕਿਵੇਂ। ਸੋ ਮਤਲਬ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਵੋਟਰ ਨੂੰ ਆਪਣੇ ਵੱਲ ਖਿੱਚਦੀਆਂ ਨੇ, ਅਤੇ ਬਿਜਲੀ ਆਟਾ ਦਾਲ ਅਤੇ ਜਿਹੜੀ ਚੰਨੀ ਸਾਹਿਬ ਨੇ ਹੁਣੇ ਜੇ ਪਿੱਛੇ ਜੇ ਐਲਾਨ ਕੀਤੇ ਨੇ ਉਹਦੇ 'ਚ ਇਹਨਾਂ ਦਾ ਕਹਿਣਾ ਸੀ ਵੀ ਅਸੀਂ ਕਾਂਗਰਸ ਨੂੰ ਹੀ ਵੋਟ ਪਾਵਾਂਗੇ। ਆਓ ਕੀ ਲੱਗਦਾ ਵੀ ਕਿਹੜੀ ਪਾਰਟੀ ਹੋਵੇ? ਝਾੜੂ ਹੋਊਗਾ ਜੀ। ਕਿਵੇਂ ਮਤਲਬ ਮਨ ਬਣਿਆ ਵੀ ਝਾੜੂ ਇਸ ਵਾਰ ਆਜੂਗਾ, ਕੀ ਸੋਚਦੇ ਹੋ? ਪਿਛਲੀ ਸਰਕਾਰ ਨੇ ਕੁਛ ਕਰਿਆ ਹੀ ਨਹੀਂ ਸਰ। ਨਹੀਂ, ਤੁਹਾਡਾ ਤਾਂ ਪਿੰਡ ਬੜਾ ਸੋਹਣਾ, ਪਟਿਆਲੇ 'ਚ ਬੜਾ ਸੋਹਣਾ ਪਿੰਡ ਆ, ਲੋਕ ਬੜੇ ਰਹਿੰਦੇ ਆ, ਹੋਰ ਇੱਥੇ ਕਿਹੜੀਆਂ ਸਹੂਲਤਾਂ ਨੇ ਜਿਹੜੀ ਕਮੀ ਤੁਹਾਨੂੰ ਮਹਿਸੂਸ ਹੋਈ ਹੈ? ਨੌਕਰੀ ਨਹੀਂ ਮਿਲਦੀਆਂ, ਬੱਚਿਆਂ ਨੂੰ ਪੜ੍ਹਾ ਕੇ ਕੀ ਕਰਾਂਗੇ ਜੀ? ਸੋ ਇੱਥੇ ਜਿਹੜਾ ਮਸਲਾ ਬਹੁਤਾ ਬੇਰੁਜ਼ਗਾਰੀ ਦਾ ਆ, ਮਾਂ ਬਾਪ ਗੱਲ ਕਰਦੇ ਨੇ ਵੀ ਨੌਕਰੀਆਂ ਨਹੀਂ ਮਿਲੀਆਂ। ਸੋ ਵਧੀਆ ਪਿੰਡ ਆ ਇਹ, ਉਹਦੇ ਬਾਵਜੂਦ ਵੀ ਜਿਹੜਾ ਲੱਗਦਾ ਵੀ ਇੱਥੇ ਨੌਕਰੀਆਂ ਜਿਹੜੀਆਂ ਕਿਤੇ ਨਾ ਕਿਤੇ ਰੁਜ਼ਗਾਰ ਹੈ ਬੱਚਿਆਂ ਲਈ, ਉਹ ਵੀ ਵੱਡਾ ਮਸਲਾ ਇੱਕ। ਦੇਖੋ ਜੀ, ਇਹਦੀ ਤਾਂ ਲੱਗਦਾ ਜਿਵੇਂ ਵੀ ਅਕਾਲੀਆਂ ਦੀ ਆਊਗੀ, ਕਾਂਗਰਸ ਨੇ ਤਾਂ ਕਰਿਆ ਹੀ ਕੁਛ ਨਹੀਂ ਜੀ। ਨਹੀਂ, ਪਹਿਲਾਂ ਵੀ ਕੱਟੇ ਸੀ ਜੀ। ਸੋ ਅਕਾਲੀ ਸਰਕਾਰ ਕਾਂਗਰਸ ਸਰਕਾਰ, ਸੋ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਆ ਉਹਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਦੇ ਨਾਲ ਜ਼ਰੂਰ ਸੋਚਦੇ ਨੇ। ਸੋ ਵੋਟਰ ਜਿਹੜਾ ਆ ਡੈਫੀਨੇਟਲੀ ਇਸ ਗੱਲ ਦੇ ਉੱਤੇ ਸੋਚਦਾ ਵੀ ਕਿਹੜੀ ਸਰਕਾਰ ਨੂੰ ਵੋਟ ਪਾਉਣੀ ਹੈ। ਤੋ ਵੈਸੇ ਜਿਹੜਾ ਪਿੰਡ ਆ ਬੜਾ ਸਾਫ਼ ਸੁਥਰਾ ਆ, ਜੇ ਤੁਸੀਂ ਪਿੱਛੇ ਗਲੀਆਂ 'ਤੇ ਨਿਗਾਹ ਮਾਰਦੇ ਹੋ ਤਾਂ ਬੜਾ ਵਧੀਆ ਜਿਹੜੀਆਂ ਕੋਠੀਆਂ ਬਣੀਆਂ ਨੇ ਔਰ ਪਿੰਡਾਂ ਦਾ ਜਿਹੜਾ ਮਾਹੌਲ ਆ ਉਹ ਵੀ ਪਿੰਡਾਂ ਵਰਗਾ ਮਾਹੌਲ ਹੈ ਹੀ ਨਹੀਂ, ਸ਼ਹਿਰ ਹੀ ਆ ਤਾਂ ਬਣਿਆ ਹੋਇਆ। ਆਓ ਗੱਲ ਕਰਦੇ ਅੱਗੇ ਵੀ। ਇਹ ਕੋਈ ਪਤਾ ਨਹੀਂ ਲੱਗਦਾ ਜੀ। ਵੈਸੇ ਕਿਹੜੇ ਕਿਹੜੇ ਬੰਦੇ ਮਾਰਦੇ ਨੇ ਗੇੜੀ ਫਿਰ ਜੀ? ਗੇੜੇ ਤਾਂ ਹੁਣ ਸਾਰੇ ਹੀ ਆਉਂਦੇ ਨੇ ਜੀ। ਅਤੇ ਤੁਹਾਡੇ ਪਿੰਡ 'ਚ ਵੈਸੇ ਪਹਿਲਾਂ ਕਿਹੜੇ ਜ਼ਿਆਦਾ ਲੋਕਾਂ ਦਾ ਰੁਝਾਨ ਸੀ ਜੀ ਇਸ ਸਰਕਾਰ ਵੱਲ, ਜੀ ਪਿਛਲੀ ਸਰਕਾਰ ਸੀ? ਜਾਂ ਪਿਛਲੀ ਸੀ ਜ਼ਿਆਦਾ ਤਾਂ ਇਹਦਾ ਸੀ ਕਾਂਗਰਸ ਦਾ ਜੀ। ਹਾਂ ਜੀ, ਹੁਣ ਇਸ ਵਾਰ ਕੋਈ ਲੱਗਦਾ ਜੀ ਬਦਲਾਵ ਜਾਂ ਪੁਰਾਣੀਆਂ ਵੋਟਾਂ ਹੀ ਪੈਣਗੀਆਂ ਜੀ? ਦੇਖੋ ਜੀ, ਹੁਣ ਕੋਈ ਪਤਾ ਨਹੀਂ ਅਜੇ ਤਾਂ ਲੱਗ ਰਿਹਾ। ਤੁਸੀਂ ਤਾਂ ਵੋਟ ਪਾਉਂਦੇ ਹੋ? ਹੈ ਜੀ, ਹਾਂ ਜਾਂਦੇ ਹੋ? ਹਾਂ। ਤੇ ਫਿਰ ਕੀ ਕਹਿੰਦਾ ਪਰਿਵਾਰ ਵੀ, ਕਿੱਧਰ ਵੋਟ ਪਾਉਣੀ ਆ?
ਵਿੱਚ ਦਾ ਝਾੜੂ ਵਾਲੇ ਨੂੰ ਕਹੀ ਜਾਂਦੇ ਨੇ ਜੀ, ਵਿੱਚ ਉਹਨੂੰ ਕਹੀ ਜਾਂਦੇ ਨੇ। ਕਿਸਾਨਾਂ ਵਾਲੀ ਪਾਰਟੀ ਦਾ ਕੀ ਮਾਹੌਲ ਜੀ? ਕਿਸਾਨ ਤਾਂ ਜੀ ਠੀਕ ਨੇ ਜੀ ਕਿਸਾਨ। ਚਲੋ ਜੀ ਦੇਖੋ ਫਿਰ ਪਿੰਡ ਦਾ ਉਹੀ ਮਾਹੌਲ ਹੈ ਵੀ ਬੜਾ ਨਜ਼ਾਰਾ ਆ ਔਰ ਛੋਟਾ ਪਿੰਡ ਹੈ, ਬਹੁਤ ਸੋਹਣਾ ਪਿੰਡ ਹੈ, ਇੱਕੋ ਹੀ ਪਰਿਵਾਰ ਹੈ ਅਤੇ ਪਾਰਟੀਬਾਜ਼ੀ ਵੈਸੇ ਕੋਈ ਨਹੀਂ, ਪਰ ਪਾਰਟੀਆਂ ਅਲੱਗ ਅਲੱਗ ਨੂੰ ਵੋਟ ਪਾਉਣ ਵਾਲੇ ਸਾਰੇ ਹੀ ਬੰਦੇ ਨੇ, ਕਿਉਂਕਿ ਇਸ ਪਿੰਡ 'ਚ ਮੈਂ ਪੁਰਾਣਾ ਵੀ ਬਹੁਤ ਸਮੇਂ ਤੋਂ ਆਉਂਦਾ ਹਾਂ, 300 ਦੇ ਕਰੀਬ ਜਿਹੜੀ ਵੋਟ ਹੈ, ਪਰ ਜੇ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਦੇ ਸਪੋਰਟਰ ਨੇ ਔਰ ਦੇਖੋ ਕਿੰਨਾ ਵਧੀਆ ਇੱਥੇ ਮਾਹੌਲ ਆ। ਅੱਜ ਠੰਡ 'ਚ ਇੱਕ ਪੱਕਾ ਜਿਹੜਾ ਆ ਮੁੱਢ ਰੱਖ ਰੱਖਿਆ ਅਤੇ ਹੌਲੀ ਹੌਲੀ ਜਿਹੜੀ ਉਹ ਅੱਗ ਧੁੱਖ ਰਹੀ ਆ ਅਤੇ ਨਾਲੇ ਤਾਂ ਗੱਲਾਂ ਹੋ ਜਾਂਦੀਆਂ, ਨਾਲੇ ਆਲੇ ਦੁਆਲੇ ਦੀ ਗੱਲ ਹੋ ਜਾਂਦੀ ਹੈ, ਨਾਲੇ ਖੁੰਡ ਚਰਚਾ ਵੀ ਹੋ ਜਾਂਦੀ ਆ। ਹਾਂਜੀ ਵੀਰ ਜੀ, ਕੀ ਲੱਗਦਾ ਵੀ ਕੀ ਮਾਹੌਲ ਆ ਜੀ ਇਹਦੇ ਪਿੰਡਾਂ 'ਚ? ਮਾਹੌਲ ਬਹੁਤ ਵਧੀਆ ਜੀ। ਕਿਹੜੀ ਸਰਕਾਰ ਦੇ ਲੱਗਦੇ ਆ ਚਾਂਸ ਇਹਦੇ? ਸਰਕਾਰ ਤਾਂ ਸਾਨੂੰ ਤਾਂ ਜੀ ਕੋਈ ਵੀ ਸਰਕਾਰ ਆਏ ਸਾਨੂੰ ਤਾਂ ਅਖੀਰਲੇ 15 ਦਿਨ ਹੀ ਪੁੱਛਦੀ ਆ ਕੇ ਬਸ, ਠੀਕ ਹੈ ਕਿ ਨਹੀਂ ਗੱਲ? ਆਹ 15 ਦਿਨ ਆਉਂਦੇ ਨੇ, 20 ਦਿਨ ਆਉਂਦੇ ਨੇ ਜੀ, ਹੋਰ ਪਹਿਲਾਂ ਕੋਈ ਨਹੀਂ ਆਉਂਦਾ, ਕੁਛ ਵੀ ਨਹੀਂ ਦਿੰਦੇ, ਨਾ ਲੈਣਾ ਨਾ ਦੇਣਾ ਨਾ ਕੋਈ ਗੱਲ ਨਹੀਂ, ਬਾਤ ਨਹੀਂ। ਇੱਕ ਬੰਦਾ ਸਾਨੂੰ ਸਾਰੇ ਪਿੰਡ ਨੂੰ ਜਿਹਦੇ ਨਾਲ ਤੁਰ ਪਓ ਉਹ ਸਾਰਿਆਂ ਨੂੰ ਵੇਚੀ ਜਾਂਦਾ ਜੀ। ਤਾਂ ਅਸੀਂ ਹੁਣ ਮੈਨੂੰ 20-30 ਸਾਲ ਜਿੱਦਾਂ ਦੀ ਮੇਰੀ ਵੋਟ ਬਣੀ ਹੈ ਜੀ, ਮੇਰਾ 77 ਦਾ ਜਨਮ ਆ, ਮੇਰੀ ਤੀਜੀ ਵੋਟ ਆ ਕਾਂਗਰਸ ਨੂੰ ਇਹ ਪਾ ਰਿਹਾ ਪਹਿਲੇ ਦਿਨ ਦੀ, ਪਾਉਣੀ ਵੀ ਕਾਂਗਰਸ ਨੂੰ ਅੱਗੇ ਮੈਂ ਤਾਂ ਜੀ, ਅਤੇ ਪਰ ਕੋਈ ਵੇਚੇ ਕੋਈ ਛੱਡੇ, ਜਾਣੀ ਕਿ ਜੋ ਮਨ ਤੂੰ ਲੱਗੀ ਹੋਈ ਆ ਆਪਾਂ ਤਾਂ ਬਲੱਡ ਕਾਂਗਰਸ ਹੈਗੀ। ਬਹੁਤ ਵਧੀਆ ਗੱਲ ਹੈ, ਦੇਖੋ ਗੱਲ ਹੈ ਵੀ ਬਲੱਡ ਕਾਂਗਰਸ ਹੈ, ਗੱਲ ਤਾਂ ਬੜੀ ਸਾਫ਼ ਸੁਥਰੀ ਹੈ, ਪਰ ਉਹ ਗੱਲ ਕਹਿੰਦੇ ਨੇ ਵੀ ਥੋੜ੍ਹਾ ਜਿਹਾ ਮਨ ਤੋਂ ਜਿਹੜੇ ਨੇ ਦੁਖੀ ਵੀ ਨੇ, ਵੀ ਇੱਥੋਂ ਤੱਕ ਵੀ ਗੱਲ ਕੀਤੀ ਹੈ ਵੀ ਵੋਟ ਤਾਂ ਵਿਕ ਜਾਂਦੀ ਹੈ, ਵੋਟ ਵਿਕਣ ਦਾ ਮਤਲਬ ਇਹ ਨਹੀਂ ਵੀ ਪੈਸੇ ਨਾਲ ਵਿਕਦੀ ਆ, ਵਿਕਣ ਦਾ ਮਤਲਬ ਇਹ ਆ ਵੀ ਜਦੋਂ ਸੋਚਦੇ ਆ ਵੀ ਤਰੱਕੀ ਹੋਊਗੀ ਉਹ ਘੱਟ ਹੁੰਦੀ ਆ। ਬਸ ਮਿਹਨਤ ਕਰਦੇ ਹਾਂ ਕੱਢ ਕੇ, ਦਿਨ ਰਾਤ ਕਰਦੇ ਹਾਂ ਜੀ, ਘੰਟ ਤੁਹਾਨੂੰ ਪਤਾ ਹੀ ਹੈ ਸਾਡੇ ਪਿੰਡ ਬਾਰੇ, ਉਮੀਦ ਤਾਂ ਆਪਦੇ ਸੋਚਣੀ ਕਰਕੇ ਹੋਏ ਹੋਏ ਜੀ, ਵੈਸੇ ਤੁਹਾਨੂੰ ਪਤਾ ਹੀ ਆ ਜੀ ਆਪਾਂ ਕਰਾਂਗੇ ਨਹੀਂ ਕੁਛ, ਅਮੀਰ ਕੌਣ ਰਹਿੰਦਾ ਹੁੰਦਾ। ਵੈਸੇ ਉਹ ਸਾਫ਼ ਸੁਥਰਾ ਪਿੰਡ ਹੈ, ਮਾਹੌਲ ਵੀ ਵਧੀਆ ਆ, ਅਤੇ ਇੱਥੋਂ ਦੀਆਂ ਬੁਨਿਆਦੀ ਸਹੂਲਤਾਂ 'ਚ ਵੀ ਕਮੀ ਹੈ? ਸਾਰੀਆਂ ਕਮੀਆਂ ਹੈ ਜੀ, ਟੋਟਲੀ ਆਲੇ ਦੁਆਲੇ ਤੁਹਾਨੂੰ ਪਤਾ ਹੀ ਆ ਕਿਤੇ ਕੁਛ ਨਹੀਂ, ਐਡੀ ਗੱਲ ਨਹੀਂ ਬਣਦੀ ਜੀ। ਰੱਖੜਾ ਸਾਹਿਬ ਆ ਜਾਂਦੇ ਨੇ, ਕਦੇ ਉਹ ਆ ਜਾਂਦੇ ਨੇ, ਕਦੇ ਤੁਹਾਨੂੰ ਮੈਂ ਦੱਸਿਆ ਜਿਹੜੇ ਆਗੂ ਨੇ ਜਿਵੇਂ ਇੱਕ ਪਾਸੇ ਲੱਗਣਾ ਤਾਂ ਇੱਕ ਪਾਸੇ ਹੀ ਲੱਗ ਜਾਣਾ, ਦੂਏ ਨੂੰ ਪੁੱਛਣੀ ਕੰਮ ਤਾਂ ਉਹ ਹੁੰਦਾ ਨਾ ਜੇ ਚਾਰੇ ਪਾਸੇ ਪਿੰਡ ਦੇ ਪਤਾ ਲੱਗੇ। ਆਹ ਤੁਹਾਡੇ ਸਾਹਮਣੇ ਕੱਬਲ ਖੜਾ ਜੀ, ਉੱਧਰ ਜਿੱਧਰ ਪਾਰਟੀ ਖੜੀ ਆ ਉੱਧਰ ਵੀ ਜਾ ਕੇ ਦੇਖ ਲਓ, ਉੱਧਰ ਚਮਨ ਬਣਿਆ ਪਿਆ ਜੀ, ਐਂ ਹੋ ਜਾਂਦੀ ਹੈ ਜੀ ਗੱਲ। ਅਤੇ ਜਿਵੇਂ ਹੁਣ ਇਸ ਵਾਰ ਕੈਪਟਨ ਸਾਹਿਬ ਜਿਹੜੇ ਆ ਉਹ ਬੀਜੇਪੀ ਨਾਲ ਰਲ ਗਿਆ, ਕਿ ਉਹ ਵੀ ਰੁਝਾਨ ਲੱਗਦਾ ਜੀ ਥੋੜ੍ਹਾ ਬਹੁਤਾ ਕੋਈ ਫਰਕ ਪਿਆ ਵੋਟ ਦਾ? ਨਹੀਂ ਉਹਦਾ ਤਾਂ ਕੀ ਫਰਕ ਪੈਣਾ, ਉਹਦਾ ਹੁਣ ਵੋਟਾਂ ਦੋ ਹੀ ਨੇ, ਤਿੰਨੇ ਪਾਰਟੀਆਂ, ਬੀਜੇਪੀ ਤਾਂ ਹੁਣ ਖਤਮ ਹੀ ਹੋ ਗਈ। ਨਹੀਂ ਜਿਵੇਂ ਕੈਪਟਨ ਸਾਹਿਬ ਦੀ ਪੰਜਾਬ ਲੋਕ ਪਾਰਟੀ ਆਈ ਆ, ਕੋਈ ਹੈ ਆਪਣੇ ਪਿੰਡ ਮੈਨੂੰ? ਅਤੇ ਜਿਵੇਂ ਆਪਣੇ ਕਿਸਾਨ ਉਹਨਾਂ ਨੇ ਵੀ ਇੱਕ ਪਾਰਟੀ ਬਣਾਈ, ਉਹਦਾ ਵੀ ਲੱਗਦਾ ਕੋਈ ਰੁਝਾਨ ਕੋਈ ਉਹਨਾਂ ਦੇ ਵੱਲ ਵੋਟ ਵਧੂਗੀ? ਨਾ ਜੀ ਉਹਨਾਂ ਵੱਲ ਕੋਈ ਨਹੀਂ। ਇਹਦਾ ਕੀ ਕਾਰਨ ਬਣਿਆ ਜੀ? ਬਸ ਉਹਨਾਂ ਕਾਨੂੰ ਵੋਟ ਹੀ ਨਹੀਂ ਹੈਗੀ, ਇਸ 'ਤੇ ਝਾੜੂ ਨੂੰ ਪਾਵਾਂਗੇ। ਨਹੀਂ ਜਿਵੇਂ ਆਪਣੇ ਪਿੰਡਾਂ 'ਚੋਂ ਬੜਾ ਮਤਲਬ ਜੰਗੀ ਪੱਧਰ 'ਤੇ ਕਿਸਾਨ ਮੋਰਚੇ 'ਚ ਲੋਕਾਂ ਨੇ ਸਾਥ ਦਿੱਤਾ, ਅਤੇ ਫਿਰ ਹੁਣ ਇਲੈਕਸ਼ਨ ਵੇਲੇ ਕਿਵੇਂ ਲੋਕ ਇੱਕਦਮ ਪਿੱਛੇ ਹਟ ਗਏ? ਬਸ ਵੈਸੇ ਹੀ ਹਟ ਗਏ ਜੀ, ਉਹ ਤਾਂ ਅਗਲੇ ਦਾ ਮਨ ਬਣਿਆ ਵਾ, ਜਿੱਥੇ ਅਗਲੇ ਨੇ ਪਾਣੀ ਆ ਉੱਥੇ ਹੀ ਪਾਣੀ ਆ। ਅਤੇ ਗੱਲ ਬੜੀ ਸਾਫ਼ ਸੁਥਰੀ ਕੀਤੀ ਆ ਵੀ ਜਿੱਥੇ ਮਨ ਬਣਿਆ ਵੋਟ ਉੱਥੇ ਹੀ ਪੈਣੀ ਆ, ਔਰ ਉਹੀ ਗੱਲ ਆ ਵੀ ਪਿੰਡ ਦਾ ਬੜਾ, ਪਿੰਡਾਂ ਦਾ ਮਾਹੌਲ ਹਜੇ ਵੀ ਕਿੰਨਾ ਵਧੀਆ। ਦੇਖੋ ਇੱਕੋ ਹੀ ਜਗ੍ਹਾ 'ਤੇ ਖੜ੍ਹੇ ਨੇ ਸਾਰੇ ਦੋਸਤ ਅਤੇ ਅਲੱਗ ਅਲੱਗ ਪਾਰਟੀਆਂ ਦੇ ਸਪੋਰਟਰ ਨੇ, ਪਰ ਉਸੇ ਤਰੀਕੇ ਪਿਆਰ ਨਾਲ ਖੜ੍ਹੇ ਨੇ। ਸੋ ਇਹ ਪਿੰਡਾਂ ਦੀ ਇੱਕ ਮਹਿਕ ਹੈ, ਪਿੰਡਾਂ ਦੀ ਇੱਕ ਚੰਗਿਆਈ ਆ ਵੀ ਇੱਥੇ ਕੋਈ ਕਿਸੇ ਨਾਲ ਬਹਿਸਦਾ ਨਹੀਂ, ਲੜਦਾ ਨਹੀਂ, ਹਰ ਇੱਕ ਨੂੰ ਪਤਾ ਵੀ ਕਿਹੜਾ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ, ਪਰ ਇੱਕ ਆਪਸੀ ਸਾਂਝ ਜ਼ਰੂਰ ਰਹਿੰਦੀ ਹੈ। ਹਾਂਜੀ ਕੀ ਲੱਗਦਾ ਜੀ ਕਿੱਧਰ ਨੂੰ ਮਾਹੌਲ ਜਾਊਗਾ ਇੱਥੇ? ਵੀਰ ਜੀ ਮਿਕਸ ਮੈਚ ਹੀ ਲੱਗ ਰਿਹਾ, ਜੋ ਵੀ ਹੈ ਵੀ ਮਿਕਸ ਹੀ ਆਊਗਾ ਸਾਰਾ। ਨਹੀਂ ਓਵਰਆਲ ਜਿਵੇਂ ਲੋਕ ਗੱਲ ਕਰਦੇ ਨੇ, ਜਿਵੇਂ ਕਿਸੇ ਨੇ ਦੱਸਿਆ ਵੀ ਮੇਰੀ ਕਾਂਗਰਸ ਵੱਲ ਰੁਝਾਨ ਆ ਜਾਂ ਆਪ ਵੱਲ, ਤੁਹਾਡਾ ਕਿਵੇਂ ਲੱਗਦਾ? ਅਸੀਂ ਖੁਦ ਅਕਾਲੀ ਹਾਂ ਸ਼ੁਰੂ ਤੋਂ, ਸਾਡੀ ਵੋਟ ਅਕਾਲੀਆਂ ਨੂੰ ਹੈ, ਬਟ ਹੈ ਸਾਰਿਆਂ ਨੂੰ ਤੁਹਾਡੇ ਸਾਹਮਣੇ ਤਿੰਨ ਬੰਦੇ ਮਿਲੇ, ਤਿੰਨਾਂ ਨੇ ਅਲੱਗ ਅਲੱਗ ਪਾ ਰਹੇ ਨੇ, ਮਿਕਸ ਮੈਚ ਹੈ ਸਾਰਾ ਜੋ ਵੀ ਹੈ। ਸੋ ਦੇਖੋ ਜੀ ਨਜ਼ਾਰਾ ਇਹ ਪਿੰਡਾਂ ਦਾ, ਸ਼ਾਮ ਦਾ ਟਾਈਮ ਹੋ ਗਿਆ, ਨੌਜਵਾਨ ਬਾਹਰ ਆ ਕੇ ਛੋਟੀ ਜਿਹੀ ਪੁਲੀ 'ਤੇ ਬੈਠੇ ਨੇ, ਸਾਹਮਣੇ ਸ਼ੁੱਧ ਹਵਾ, ਸਾਫ਼ ਹਵਾ, ਅਤੇ ਇਹ ਹਵਾ ਐਵੇਂ ਬਰਕਰਾਰ ਵੀ ਰਹੇ, ਪਰ ਜਿਹੜੀ ਆ ਚੁਣਾਵੀ ਹਵਾ ਕਈ ਵਾਰੀ ਜ਼ਹਿਰ ਘੋਲ ਦਿੰਦੀ ਆ। ਗੱਲ ਕਰਦੇ ਹਾਂ ਨੌਜਵਾਨਾਂ ਦੇ ਨਾਲ, ਬਈ ਕੀ ਮਾਹੌਲ ਆ ਪਿੰਡ ਦਾ ਜਵਾਨੋ? ਪਿੰਡ ਦਾ ਮਾਹੌਲ ਵਧੀਆ ਜੀ। ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤਣ ਦੇ ਚਾਂਸ? ਆਮ ਆਦਮੀ ਹੋਊਗੀ। ਆਮ ਆਦਮੀ ਪਿੰਡ 'ਚ ਗੱਲ ਕੀਤੀ ਆ, ਲੋਕ ਕਾਂਗਰਸ ਦੀ ਵੀ ਗੱਲ ਕਰਦੇ ਨੇ, ਅਕਾਲੀਆਂ ਦੀ ਵੀ ਕਰਦੇ ਨੇ, ਅਤੇ ਤੁਸੀਂ ਕਿਵੇਂ ਮਤਲਬ ਨੌਜਵਾਨ ਪੀੜ੍ਹੀਆਂ, ਤੁਹਾਨੂੰ ਲੱਗਦਾ ਵੀ ਆਪ ਦਾ ਜ਼ੋਰ ਜ਼ਿਆਦਾ? ਤੁਹਾਨੂੰ ਪਤਾ ਹੀ ਹੈ ਜੀ ਪਿਛਲੀ ਸਰਕਾਰਾਂ ਦਾ ਹਾਲ, ਹਾਂ ਇਸ ਵਾਰ ਉਹਨਾਂ ਦਾ ਦੇਖਣਾ। ਅਤੇ ਘਰਾਂ 'ਚ ਹੁੰਦੀ ਆ ਗੱਲ ਇਸ ਗੱਲ ਬਾਰੇ, ਜਿਵੇਂ ਤੁਸੀਂ ਪਿੰਡ 'ਚ ਗੱਲ ਕਰਦੇ ਹੋ, ਇੱਥੇ ਮੁੰਡੇ ਖੇਡਦੇ ਵੀ ਹੁੰਦੇ ਨੇ, ਉਹਨਾਂ ਦਾ ਜਿਵੇਂ ਨੌਜਵਾਨ ਤੁਸੀਂ 20-25 ਬੱਚੇ ਖੇਡਦੇ ਵੀ ਹੋ, ਅਤੇ ਕੀ ਆਪਸ 'ਚ ਗੱਲਬਾਤ ਕਰਦੇ ਨੇ? ਨਹੀਂ ਸਾਰਿਆਂ ਦਾ ਮਤਲਬ ਆਮ ਆਦਮੀ ਵੱਲ ਹੈਗਾ। ਆਮ ਆਦਮੀ ਪਾਰਟੀ ਵੱਲ ਇੱਥੋਂ ਕੌਣ ਖੜ੍ਹਾ? ਉਹ ਚੇਤਨ ਸਿੰਘ ਜੋੜਾ ਮਾਜਰਾ। ਚੇਤਨ ਸਿੰਘ ਜੋੜਾ ਮਾਜਰਾ। ਅਤੇ ਜਿਹੜੀ ਆਪਣੇ ਕਿਸਾਨਾਂ ਦੀ ਪਾਰਟੀ ਬਣੀ ਸੀ, ਉਹਦੇ ਵੱਲ ਕਿੰਨਾ ਰੁਝਾਨ ਹੈ ਲੋਕਾਂ ਦਾ? ਉਹਦੇ ਵੱਲ ਨਹੀਂ ਆ ਜੀ ਮੈਨੂੰ ਲੱਗਦਾ ਕਿਸੇ ਦਾ ਧਿਆਨ।
देखो जी जिहड़ी आम आदमी पार्टी आ देखण च भगवंत मान ईमानदार लगता है, गल्लां उहदियां गल्लां तों ईमानदार हैगा, ते बाकी एक बार मौका तो देवांगे उहनूं। बिशनपुर छन्ना पिंड है जी, छोटा जिहा पिंड है ते जे देखण नूं लगे ते बहुत सोहणा पिंड है, पर फिर भी एक टीस जिहड़ी नौजवानां दे दिमाग च मन च जरूर उठी आ वी सानूं भी हजे होर तरक्की दी लोड़ है, क्योंकि बुनियादी सहूलतां जिहड़ियां हुंदियां ने देखण नूं कई वारी लगदा ने वी वड्डियां कोठियां पै गईआं, पर बच्चियां दा रुजगार दा मसला, अनइंप्लॉयमेंट लड़कियां दे रुजगार दा मसला, ते वधदी महंगाई जिहड़ी आ हर एक बंदे दी जबान ते आ। सो उम्मीद तां इही करदे आ वी कोई भी सरकार आवे पर आउण वाले समें दे विच जिहड़ी आ ਉਹ ਆਮ ਪਬਲਿਕ ਬਾਰੇ ਜ਼ਰੂਰ ਸੋਚੇ, ਵੋਟ ਵੀ ਜ਼ਰੂਰ ਪਾਉਣੀ ਆ, ਅੱਜ ਵੋਟਰ ਡੇ ਵੀ ਆ ਅਤੇ ਵੋਟ ਦੀ ਮਹੱਤਤਾ ਨੂੰ ਵੀ ਸਮਝਣਾ, ਅਤੇ ਲੀਡਰ ਜਿਹੜਾ ਆ ਉਹ ਜੋ ਮਰਜ਼ੀ ਚੁਣ ਕੇ ਆਵੇ ਪਰ ਉਹ ਲੋਕ ਹਿੱਤ ਦੀ ਗੱਲ ਜ਼ਰੂਰ ਕਰੇ।